ਗੁਜ਼ਾਰੇ ਹੋਏ ਜੀ। ਅੱਛਾ ਥੋਟੀ ਵੀ ਜਿਹੜੇ ਹੈਗੇ ਜੀਰੀ ਭਿੱਜੀ? ਹਾਂਜੀ ਥੋਟੀ ਭਿੱਜੀ ਜੀਰੀ। ਹਾਂਜੀ ਹਾਂਜੀ ਭਿੱਜੀ ਕੋਈ ਜਿਹੜੀ ਹੁਣ ਤੁਲ ਗਈ ਆਧਾ ਗਵਰਨਮੈਂਟ ਦੀ ਹੋ ਚੁੱਕੀ ਆ। ਅੱਛਾ ਜੀ ਜਿਹੜੀ ਹੁਣ ਆਪਣੀ ਪਈ ਆ ਢੇਰੀਆਂ, ਹਾਂ ਆਧਾ ਆਪਣਾ ਨੁਕਸਾਨ ਹੋਇਆ ਜੀ। ਅੱਛਾ ਤੁਹਾਡਾ ਨੁਕਸਾਨ ਹੋ ਗਿਆ ਕਾ? ਹਾਂਜੀ ਹੁਣ ਦੋ ਨਾਲ ਹੋਰ ਕਰਨਾ ਪਊਗਾ। ਅੱਛਾ ਜੀ ਵਿੱਚ ਗਵਰਨਮੈਂਟ ਨੂੰ ਅਸੀਂ ਆਹੀ ਕਹਿੰਦੇ ਵੀ ਨਾ ਤਾਂ ਸਾਡਾ ਜਿਹੜਾ ਰੇਟ ਆ ਵੀ ਰੇਟ ਸਹੀ ਲੱਗੀ ਜਾਵੇ। ਹੁਣ ਸਾਡੀ ਕਾਟ ਕੱਟੀ ਜਾਂਦੀ ਆ, ਹੁਣ ਗਿੱਲੀ ਹੋ ਗਈ, ਇਹਦੇ ਵਿੱਚ ਸਾਡੀ ਕਾਟ ਕੱਟੀ ਜਾਊਗੀ। ਕੁਇੰਟਲ ਪਿੱਛੇ 4 ਕਿਲੋ 5 ਕਿਲੋ ਕਾਟ ਕੱਟਣਗੇ, ਸਾਨੂੰ ਇਹ ਘੱਟ ਹੀ ਆਉਣੇ। 3 ਦਿਨ ਹੋ ਗਏ ਜੀਰੀ ਭਾਈ ਨੂੰ ਜੀ, ਕੋਈ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਹੈਗਾ ਜੀ। ਢਾਂਗਾ ਪੂਰੇ ਲੱਗੇ ਵੇ ਨਾਲੇ ਵੀ ਮੀਂਹ ਪੈਣ ਨਾਲ ਪੂਰਾ ਉਹਨੇ ਗੰਦ ਪੈ ਗਿਆ, ਸੀਵਰੇਜ ਬੰਦ ਪਏ ਨੇ ਜੀ ਬਿਲਕੁਲ, ਕੋਈ ਉਰੇ ਸਾਰੇ ਕੂੜੇ ਦੀਆਂ ਢੇਰੀਆਂ ਲੱਗੀਆਂ ਵੀ ਨੇਗੀਆਂ, ਕੋਈ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਹੈਗਾ। ਬਹੁਤ ਜ਼ਿਆਦਾ ਨੁਕਸਾਨ ਹੋਇਆ, ਸਾਡੀ ਢੇਰੀ ਪਾਣੀ ਦੇ ਵਿੱਚ ਇਸ ਟਾਈਮ ਪਈ ਹੈਗੀ, ਕੋਈ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਹੀਂ ਹੈਗਾ ਜੀ। ਇਹ ਪ੍ਰਸ਼ਾਸਨ ਆ ਜੀ ਜ਼ਿੰਮੇਵਾਰ, ਜੋ ਇੰਤਜ਼ਾਮ ਨਹੀਂ ਕਰ ਰਿਹਾ ਜੀ ਕੋਈ। 5 ਲੱਖ ਪਿਆ ਹੋਊਗਾ ਅਤੇ ਪ੍ਰਸ਼ਾਸਨ ਦੀ ਜਿਹੜੀ ਹੈਗੀ ਲਾਪਰਵਾਹੀ ਹੈ ਤੁਸੀਂ ਤਾਂ ਮੰਨਦੇ ਹੋ ਇਹ ਤਾਂ? ਹਾਂ ਪ੍ਰਸ਼ਾਸਨ ਦੀ ਉਹ ਹੈ, ਵੈਸੇ ਵੀ ਕੋਈ ਹੋਰ ਤਾਂ ਕੋਈ ਨਹੀਂ, ਰੱਬ ਸੁਕਾਉਣਾ ਪਊਗਾ ਜਾਂ ਢਾਂਗਾ ਲਵਾਉਣੀ ਪੈਣੀ। ਸੁਕਾਉਣਾ ਪਊਗਾ? ਹਾਂ ਢਾਂਗਾ ਲਵਾਉਣੇ ਪੈਣਗੀਆਂ। ਹਾਂ ਢਾਂਗਾ ਲੱਗ ਰਹੀਆਂ ਨੇ, ਢਾਂਗਾ ਲੱਗ ਕੇ ਫਿਰ ਉਹ ਠੀਕ ਹੋਊਗਾ। ਮਨ ਕੀ ਆਇਆ ਦੇਖੋ, ਹਾਲੇ ਕਿੱਥੇ ਆਊਗਾ, ਹਾਲੇ ਤਾਂ ਕੋਈ 10 ਵਜੇ ਦਾ ਘਰ ਹੀ ਨਿਕਲਦਾ ਨਹੀਂ ਹੈਗਾ ਅਫਸਰ, ਫਿਰ ਦੇਖਣਗੇ ਪ੍ਰਸ਼ਾਸਨ ਵੀ ਕੀ ਹੋਇਆ ਕੀ ਨਹੀਂ ਹੋਇਆ। ਸਾਡੀ ਜੀਰੀ ਦੇ ਤਾਂ ਹੁਣ ਤੁਹਾਡੇ ਸਾਹਮਣੇ ਵੀ ਕਿੰਨੀ ਖਰਾਬ ਹੋ ਰਹੀ ਹੈ, ਡੰਗਰ ਖਾ ਰਹੇ ਨੇ। ਅੱਛਾ ਕੋਈ ਪ੍ਰਬੰਧ ਨਹੀਂ ਇੱਥੇ? ਪ੍ਰਬੰਧ ਕੋਈ ਨਹੀਂ ਇੱਥੇ, ਆਪੇ ਰੱਖ ਹੀ ਕਰਦੇ ਆ, ਨੁਕਸਾਨ ਬਹੁਤ ਹੋ ਗਿਆ ਵੀ। ਬਾਕੀ ਫਿਰ ਜੇ ਭਿੱਜ ਗਈ ਜਿਹੜੀ ਇਹਨੂੰ ਵੱਟਾ ਲੱਗੂ। ਅੱਛਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਜਿਹੜਾ ਹੈਗਾ ਸ਼ੈੱਡਾਂ ਦਾ? ਪ੍ਰਬੰਧ ਨਹੀਂ, ਰਾਤ ਦੇ ਬੈਠੇ ਹਾਂ, ਕੋਈ ਇੱਥੇ ਆਇਆ ਨਹੀਂ, ਕੋਈ ਦੇਖਿਆ ਨਹੀਂ, ਕੋਈ ਚੌਂਕੀਦਾਰ ਨਹੀਂ, ਕੋਈ ਹੋਰ ਨਹੀਂ, ਆਪੇ ਪਹਿਰਾ।